ਛੋਟੀ ਕਲਾਸ ਹਾਊਸ ਆ। ਸਾਨੂੰ ਸਾਡੇ ਸਿੰਘਾਂ ਨੂੰ ਇੱਥੇ ਪਤਾ ਲੱਗਾ ਸੀ ਭਾਈ ਰਾਜਵੀਰ ਸਿੰਘ ਹੁਣਾਂ ਨੂੰ ਵੀ ਇਹਨਾਂ ਦੀ ਦੁਕਾਨ ਦੇ ਵਿੱਚ ਗੁਰੂ ਸਾਹਿਬ ਜੀ ਪ੍ਰਕਾਸ਼ਮਾਨ ਨੇ, ਜਦੋਂ ਇੱਥੇ ਅਸੀਂ ਪਹੁੰਚੇ ਹਾਂ ਸਿੰਘਾਂ ਸਮੇਤ, ਅਤੇ ਅਸੀਂ ਕਮਰਾ ਜਿਹੜਾ ਉਹ ਖੋਲ੍ਹ ਕੇ ਵੇਖਿਆ ਵਾ, ਅਤੇ ਕਮਰੇ ਵਿੱਚ ਜਿਹੜਾ ਉਹ ਮਹਾਰਾਜ ਦਾ ਪ੍ਰਕਾਸ਼ ਸੀਗਾ। ਪ੍ਰਕਾਸ਼ ਮਹਾਰਾਜ ਦਾ ਜਿਹੜਾ ਸੀਗਾ ਉੱਥੇ ਕੋਈ ਸੁਖਾਸਣ ਦੀ ਜਗ੍ਹਾ ਨਹੀਂ ਸੀ ਹੈਗੀ, ਬੜਾ ਛੋਟਾ ਜਿਹਾ ਕਮਰਾ ਵਾ। ਉਸ ਕਮਰੇ ਵਿੱਚ ਇਹਨਾਂ ਨੇ ਆਪਣਾ ਲਿਟਰੇਚਰ ਕਿਤਾਬਾਂ ਕਤੂਬਾਂ ਰੱਖੀਆਂ ਹੋਈਆਂ ਸੀ। ਸਤਿਕਾਰ ਮਹਾਰਾਜ ਦਾ ਬਿਲਕੁਲ ਨਹੀਂ ਸੀ ਹੈਗਾ, ਘੱਟਾ ਜੰਮਿਆ ਹੋਇਆ ਸੀਗਾ, ਮਹਾਰਾਜ ਦੇ ਬਸਤਰ ਗੰਦੇ ਸੀਗੇ, ਅਤੇ ਪ੍ਰਕਾਸ਼ ਸੀ ਮਹਾਰਾਜ, ਸੇਵਾ ਸੰਭਾਲ ਨਹੀਂ ਸੀ ਹੁੰਦੀ ਪ੍ਰੋਪਰ। ਸੋ ਜਦੋਂ ਇੱਥੇ ਪਹੁੰਚ ਕੇ ਸਾਰੀ ਕਾਰਵਾਈ ਸੀ ਕੀਤੀ ਆ, ਅਤੇ ਭਾਈ ਬਲਵੀਰ ਸਿੰਘ ਮੁੱਛਲ ਹੋਣੀ ਆਏ ਨੇ ਇੱਥੇ, ਤੁਸੀਂ ਮੀਡੀਆ ਆਇਆ ਹੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਚਾਰਕ ਆਏ ਸੀ ਪਾਲਕ ਸਾਹਿਬ ਲੈ ਕੇ। ਸੋ ਗੁਰੂ ਸਾਹਿਬ ਨੂੰ ਅਸੀਂ ਜਿਹੜਾ ਵਾ ਉਹ ਰਾਮਸਰ ਸੁਸ਼ੋਭਿਤ ਕਰਵਾ ਦਿੱਤਾ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਪਰ ਇਹਨਾਂ ਵੱਲੋਂ ਜਿਹੜੀ ਗੱਲ ਕਹੀ ਹੈ ਕਿ ਮੇਰੇ ਕੋਲ ਗਲਤੀ ਹੋ ਗਈ, ਗਲਤੀ ਹੁੰਦੀ ਆ ਬੰਦੇ ਕੋਲੋਂ ਅਣਜਾਣਤਾ ਵੱਸ, ਕੋਈ ਅਣਜਾਣ ਗਲਤੀ ਕਰੇ, ਗੁਨਾਹ ਹੋ ਰਹੇ ਨੇ ਸਾਡੇ ਕੋਲੋਂ, ਅਤੇ ਅਸੀਂ ਆਪਣੇ ਹੱਥੀਂ ਗ੍ਰਾਂ ਕਰ ਰਹੇ ਹਾਂ। ਜੇ ਅਸੀਂ ਸੇਵਾ ਸੰਭਾਲ ਨਹੀਂ ਕਰ ਸਕਦੇ, ਅਸੀਂ ਪ੍ਰਕਾਸ਼ ਨਾ ਕਰੀਏ ਮਹਾਰਾਜ ਦਾ, ਥਾਂ ਥਾਂ ਦੇ ਗੁਰੂ ਘਰ ਨੇ ਸਾਡੇ ਮੋੜਾਂ ਦੇ ਉੱਤੇ, ਉੱਥੇ ਜਾ ਕੇ ਦਰਸ਼ਨ ਕਰ ਲਈਏ ਮਹਾਰਾਜ ਦੇ। ਜੇ ਸਹਿਜ ਪਾਠ ਕਰਨਾ, ਸੈਂਚੀਆਂ ਸਾਡੇ ਕੋਲ ਹੈਗੀਆਂ, ਪੋਥੀਆਂ ਹੈਗੀਆਂ, ਉਹ ਲੈ ਆਈਏ। ਪਰ ਪ੍ਰਕਾਸ਼ ਕਰਕੇ ਅਸੀਂ ਕਿਹੜਾ ਵੱਡਾ ਸਿੱਖ ਬਣਨਾ ਚਾਹੁੰਦੇ ਆ, ਮੈਨੂੰ ਨਹੀਂ ਸਮਝ ਆਉਂਦੀ। ਫਿਰ ਜੇ ਪ੍ਰਕਾਸ਼ ਕੀਤਾ ਵਾ, ਫਿਰ ਸਤਿਕਾਰ ਤਾਂ ਬਹਾਲ ਕਰੀਏ ਮਹਾਰਾਜ ਦਾ, ਘੱਟੋ ਘੱਟ ਮਹਾਰਾਜ ਸੋਹਣਾ ਕਮਰਾ ਹੋਵੇ, ਸੋਹਣਾ ਪ੍ਰਕਾਸ਼ ਹੋਵੇ, ਸੁਖਾਸਨ ਵਾਸਤੇ ਜਗ੍ਹਾ ਹੋਵੇ। ਪਰ ਇੱਥੇ ਤਾਂ ਸੁਖਾਸਨ ਵਾਸਤੇ ਜਗ੍ਹਾ ਛੱਡੋ, ਪ੍ਰਕਾਸ਼ ਵਾਸਤੇ ਵੀ ਜਗ੍ਹਾ ਇੰਨੀ ਗਾ, ਅਤੇ ਉੱਥੇ ਮਹਾਰਾਜ ਪ੍ਰਕਾਸ਼ ਕੀਤਾ ਹੋਇਆ। ਇਹ ਦੁਕਾਨ ਆ ਜੀ, ਰਿਹਾਇਸ਼ ਦੇ ਉੱਪਰ ਆ। ਮੈਂ ਤੁਹਾਨੂੰ ਦੱਸਿਆ ਵੀ ਸਾਨੂੰ ਪਤਾ ਲੱਗਾ ਸੀਗਾ, ਅਤੇ ਅਸੀਂ ਇੱਥੇ ਪਹੁੰਚੇ ਹਾਂ। ਛੋਟਾ ਜਿਹਾ ਕਮਰਾ ਵਾ ਦੁਕਾਨ ਦੇ ਵਿੱਚ ਹੀ, ਜਿੱਥੇ ਮਾਤਾ ਪ੍ਰਕਾਸ਼ ਸੀਗਾ, ਅਤੇ ਪ੍ਰਕਾਸ਼ ਬੜੀ ਮਾੜੀ ਹਾਲਤ ਵਿੱਚ ਸੀ। ਆਮ ਜਿੱਦਾਂ ਆਪਾਂ ਦੇਖਦੇ, ਪਹਿਲਾਂ ਵੀ ਬੜੀਆਂ ਥਾਵਾਂ 'ਤੇ ਇਹ ਹੋਇਆ ਵਾ ਕਿ ਗੁਰੂ ਸਾਹਿਬ ਦਾ ਸਤਿਕਾਰ ਜਿਹੜਾ ਬਿਲਕੁਲ ਨਹੀਂ ਹੁੰਦਾ, ਸਿਰਫ ਪ੍ਰਕਾਸ਼ ਕਰਕੇ ਲੋਕ ਭੁੱਲ ਜਾਂਦੇ ਨੇ। ਇਹ ਸੋਚਦੇ ਵੀ ਸ਼ਾਇਦ ਅਸੀਂ ਵਾਲੀ ਕਿੱਡੇ ਕੁ ਵੱਡੇ ਸਿੱਖ ਬਣ ਗਏ ਹਾਂ ਮਾਤਾ ਦਾ ਪ੍ਰਕਾਸ਼ ਕਰਕੇ, ਪਰ ਜਦਕਿ ਇਹਨਾਂ ਦੀ ਸੋਚ ਅਤੇ ਇਹਨਾਂ ਦੀ ਕਰਨ ਦੇ ਵਿੱਚ ਬੜਾ ਫਰਕ ਆ। ਗੁਰੂ ਸਾਹਿਬ ਸਰਕਾਰ ਨੇ ਲੋਕਾਂ ਵੱਲੋਂ ਬਿਲਕੁਲ ਨਹੀਂ ਕੀਤਾ ਜਾਂਦਾ। ਨਹੀਂ ਜੀ, ਪੁਰਾਣਾ ਸਰੂਪ ਸੀ, 2007 ਦਾ ਪ੍ਰਕਾਸ਼ ਸੀ, ਪਰ ਕਾਫੀ ਅੰਗ ਖੰਡਤ ਸੀਗੇ ਮਹਾਰਾਜ ਦੇ। ਨਹੀਂ, ਰੋਜ਼ ਸੇਵਾ ਨਹੀਂ ਸੀ ਹੁੰਦੀ ਜੀ। ਗੁਰੂ ਸਾਹਿਬ ਨੂੰ ਰਾਮਸਰ ਸ਼ੋਭਿਤ ਕਰਵਾਤਾ ਜੀ, ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਚਾਰਕ ਨੇ ਬੁਲਾਇਆ ਸੀਗਾ ਉਹਨਾਂ ਵੱਲੋਂ ਦੇਖਦੇ ਹੁਣ ਕੀ ਕਾਰਵਾਈ ਕੀਤੀ ਜਾਂਦੀ ਹੈ। ਕੀ ਕਹਿਣਾ ਚਾਹੋਗੇ ਜਿਹੜੇ ਅੱਜ ਕੱਲ੍ਹ ਹੋਰ ਵੀ ਲੋਕ, ਕਈ ਐਸੇ ਲੋਕ ਨੇ ਜਿਨ੍ਹਾਂ ਬਾਰੇ ਪਤਾ ਹੀ ਨਹੀਂ ਹੈਗਾ ਵੀ ਘਰ ਮਹਾਰਾਜ ਸਰੂਪ ਰੱਖਣੇ, ਪਰ ਸੇਵਾ ਸੰਭਾਲ? ਇਹੀ ਬੇਨਤੀ ਕਰਦੇ ਹਾਂ ਵੀ ਜਿੱਥੇ ਸੇਵਾ ਸੰਭਾਲ ਨਹੀਂ ਕਰ ਸਕਦੇ, ਨਹੀਂ ਹੁੰਦੀ, ਤੁਸੀਂ ਨਾ ਪ੍ਰਕਾਸ਼ ਕਰੋ, ਤੁਸੀਂ ਮਹਾਰਾਜ ਨੂੰ ਗੁਰੂ ਘਰ ਬਚਾ ਦਿਓ, ਸ਼੍ਰੋਮਣੀ ਕਮੇਟੀ ਨੂੰ ਦੱਸ ਦਿਓ, ਜਥੇਬੰਦੀਆਂ ਹੈਗੀਆਂ ਉਹਨਾਂ ਨੂੰ ਦੱਸ ਦਿਓ, ਅਸੀਂ ਸੇਵਾ ਕਰ ਲਾਂਗੇ ਆਪਣੇ ਹੱਥੀਂ। ਪਰ ਤੁਸੀਂ ਪਾਪਾਂ ਦੇ ਭਾਗੀ ਨਾ ਬਣੋ, ਕਿਉਂਕਿ ਗੁਰੂ ਸਾਹਿਬ ਜਾਗਦੇ ਉਹ ਹਾਜ਼ਰ ਨਾਜ਼ਰ ਨੇ। ਆਪਾਂ ਉਹਨਾਂ ਨੂੰ ਕਿਤਾਬ ਨਾ ਸਮਝੀਏ, ਪਾਪ ਨਾ ਖੱਟੀਏ। ਪਹਿਲਾਂ ਹੀ ਬੜੀਆਂ ਥਾਂ ਥਾਂ 'ਤੇ ਹੋ ਰਹੀਆਂ, ਆਪਾਂ ਤਾਂ ਪਹਿਲਾਂ ਭਰੇ ਪੀਤੇ ਬੈਠੇ ਹਾਂ ਸਾਰੇ। ਪ੍ਰਸ਼ਾਸਨ ਤਾਂ ਇਹਨਾਂ ਵੱਲੋਂ ਹੀ ਬੁਲਾਇਆ ਗਿਆ ਸੀਗਾ ਜੀ, ਇਹ ਕਹਿ ਕੇ ਕਿ ਬਾਬੇ ਕਬਜ਼ਾ ਕਰਨ ਆ ਗਏ ਦੁਕਾਨ ਸਾਡੀ ਤੇ, ਅਸੀਂ ਤਾਂ ਬੁਲਾਇਆ ਨਹੀਂ ਪ੍ਰਸ਼ਾਸਨ, ਕਿਉਂਕਿ ਸਾਡੇ ਕੋਲ ਪਾਪ ਥੋੜ੍ਹੀ ਸੀਗਾ। ਪਰ ਆਇਆ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੁਲਾਇਆ ਜੀ, ਉਹਨਾਂ ਨੂੰ ਦੇਖਿਆ ਵੀ ਉਹ ਕੀ ਕਾਰਵਾਈ ਕਰ ਰਹੇ, ਦੇਖਦੇ ਆ। ਇੱਕ ਹਫ਼ਤੇ ਦੇ ਵਿੱਚ ਦੂਜੀ ਵਾਰ ਇਸ ਤਰ੍ਹਾਂ ਹੋਇਆ, ਬੀਤੇ ਦਿਨ ਵੀ ਪੋਥੀਆਂ ਸਾਹਿਬ ਮਿਲੇ ਸੀ ਹਨੁਮਾਨਗੜ੍ਹੀ ਬਾਜ਼ਾਰ ਦੇ ਵਿੱਚ, ਕੀ ਲੱਗਦਾ ਹੈ ਗੁਰੂ ਨਗਰ ਹੀ ਹੈ ਸ਼੍ਰੀ ਗੁਰੂ ਨਾਨਕ ਦੇਵ ਦਾ ਦਰ ਹੈ ਅੰਮ੍ਰਿਤਸਰ, ਇਸ ਤਰ੍ਹਾਂ ਦਾ ਪਹਿਲੀ ਗੱਲ ਤਾਂ ਇਹ ਵੀ ਸਰੂਪ ਮਹਾਰਾਜ ਦਾ ਕਿਸੇ ਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੰਦੀ ਕਿਉਂ ਆ, ਕੀ ਲੋੜ ਪਈ ਆ? ਥਾਂ ਥਾਂ 'ਤੇ ਗੁਰੂ ਘਰ ਨੇ, ਜੇ ਦੇਣਾ ਵੀ ਆ ਸਰੂਪ, ਪਹਿਲਾਂ ਜਾ ਕੇ ਦੇਖੋ ਸਹੀ ਵੀ ਕਿਤੇ ਸਰੂਪ ਪ੍ਰਕਾਸ਼ ਕਰਨ ਦੀ ਜਗ੍ਹਾ ਹੈਗੀ ਆ, ਲੋੜ ਹੈ ਪ੍ਰਕਾਸ਼ ਕਰਨ ਦੀ? ਅਜਿਹੀ ਕਿਹੜੀ ਲੋੜ ਆ ਜੇ ਸਰ ਕੁਛ ਸਰੂਪ ਮੰਗ ਰਹੇ ਮਹਾਰਾਜ ਦਾ? ਪਰ ਕੁਛ ਨਹੀਂ ਹੈਗਾ ਇੱਥੇ, ਬਸ ਦੇ ਦਿੰਦੇ ਸਿਫਾਰਸ਼ਾਂ ਦੇ ਵਿੱਚ, ਜਿਹੜਾ ਜੀ ਕਰਦਾ ਸਿਫਾਰਸ਼ ਪਾਉਂਦਾ ਸਰੂਪ ਲੈ ਜਾਂਦਾ ਮਹਾਰਾਜ ਦਾ, ਉਸ ਤੋਂ ਬਾਅਦ ਜਿਵੇਂ ਜੀ ਕਰਦਾ ਤਾਂ ਕਰਦਾ। ਗੁਰੂ ਸਾਹਿਬ ਸਾਡੇ ਕੋਲ ਸੇਵਾ ਸੰਭਾਲ ਨਹੀਂ ਹੋਈ, ਸਾਡੀ ਸੰਤ ਕੋਲ ਮਾਫੀ ਮੰਗਦਾ ਜੀ, ਗੁਨਾਹ ਹੋਇਆ ਮੇਰੇ ਕੋਲ ਜੀ। ਜੇਕਰ ਸੇਵਾ ਸੰਭਾਲ ਨਹੀਂ ਹੋਈ ਸੀ, ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਜਾਂਦੇ, ਉੱਥੇ ਮਹਾਰਾਜ ਦੇ ਸਰੂਪ ਉੱਥੇ ਜਾ ਕੇ ਆਉਂਦੇ, ਤੇ ਤੁਸੀਂ ਇਹ ਕਿਉਂ ਰੱਖਿਆ? ਅਸੀਂ ਗਲਤੀ ਹੋ ਗਈ, ਗੁਨਾਹ ਹੋ ਗਿਆ ਮੈਂ ਬਣਦੇ ਵਿੱਚ ਤੋਂ ਮਾਰੇ ਤੁਹਾਡੇ ਤਾਰਾ ਜੀ ਦੁਕਾਨ ਨਹੀਂ ਕੀ ਲੋ 10 ਸਾਲ ਤੋਂ 10 ਸਾਲ ਤੋਂ 10 ਸਾਲ ਤੋਂ
ਇਹਨਾਂ ਦੇ ਜਿਹੜੀ ਦੁਕਾਨ ਆ ਗੋਲਹੱਟੀ ਚੌਂਕ ਦੇ ਇਹਦੇ ਵਿੱਚ ਦੇਖੋ ਜੀ, ਇਹਦੇ ਵਿੱਚ ਦੇਖੋ ਜੀ, ਐਸ ਜੀ ਪੀ ਸੀ ਦੇ ਧਰਮ ਪ੍ਰਚਾਰ ਕਮੇਟੀ ਤੋਂ ਮੈਂਬਰ ਆਏ ਸੀ ਜੀ। ਉਹਨਾਂ ਨੂੰ ਇਨਫੋਰਮ ਕੀਤਾ ਸੀ, ਉਹਨਾਂ ਨੇ ਆ ਕੇ ਸਾਰਾ ਅੰਦਰ ਦੇਖ ਲਿਆ ਵਾ। ਮਹਾਰਾਜ ਦੇ ਸਰੂਪ ਨੂੰ ਉਹ ਸਤਿਕਾਰ ਸਹਿਤ ਰਾਮਸਰ ਗੁਰਦੁਆਰਾ ਸਾਹਿਬ ਲੈ ਗਏ ਨੇ ਅਤੇ ਅੱਗੇ ਜੋ ਵੀ ਉਹਨਾਂ ਵੱਲੋਂ ਇਨ ਰਿਟਰਨ ਜੋ ਵੀ ਸਾਨੂੰ ਐਪਲੀਕੇਸ਼ਨ ਮੂਵ ਕੀਤੀ ਜਾਏਗੀ ਉਸ ਮੁਤਾਬਕ ਦੇਖਾਂਗੇ ਕਿ ਕੀ ਬਣਦੀ ਕਾਰਵਾਈ ਜੀ। ਪਰ ਲਗਾਤਾਰ ਇਹ ਜੋ ਮਾਮਲੇ ਸਾਹਮਣੇ ਆ ਰਿਹਾ, ਬੀਤੇ ਦਿਨ ਵੀ ਕੁਛ ਸਮਾਂ ਪਹਿਲਾਂ ਗੱਲ ਕਰ ਲਈਏ ਤਾਂ ਐਸ ਐਚ ਓ ਸੀ ਡਿਵੀਜ਼ਨ ਦੇ ਏਰੀਏ ਦੇ ਵਿੱਚ ਵੀ, ਕਿਉਂਕਿ ਗਲਿਆਰੇ ਦੇ ਪਰਲੇ ਬੰਨੇ ਜੇ ਆਪਾਂ ਗੱਲ ਕਰ ਲਈਏ, ਉੱਥੇ ਵੀ ਇਹੋ ਜਿਹਾ ਮਾਮਲਾ ਸਾਹਮਣੇ ਆਉਂਦਾ ਤਾਂ ਅੱਜ ਵੀ ਇਹ ਮਾਮਲਾ ਸਾਹਮਣੇ ਆਇਆ, ਜਿਹੜਾ ਦੋਸ਼ੀ ਆ ਉਹ 'ਤੇ ਕੀ ਕਾਰਵਾਈ ਕੀਤੀ? ਦੇਖੋ ਜੀ, ਐਸ ਜੀ ਪੀ ਸੀ ਦੇ ਧਰਮ ਪ੍ਰਚਾਰ ਕਮੇਟੀ ਦੇ ਅੰਡਰ ਹੀ ਆਉਂਦਾ ਹੈ ਸਾਰਾ ਕੁਛ ਜੀ। ਉਹ ਸਾਨੂੰ ਇਨ ਰਿਟਰਨ ਅਗਰ ਕੋਈ ਐਪਲੀਕੇਸ਼ਨ ਮੂਵ ਕਰਨਾ ਜਿਸ ਤਰ੍ਹਾਂ ਅੱਗੇ ਦੱਸਿਆ ਉਸ ਮੁਤਾਬਕ ਕਾਰਵਾਈ ਲਿਆਂਦੀ ਜਾਏਗੀ ਜੀ। ਪਰ ਸਤਿਕਾਰ ਕਮੇਟੀ ਵੱਲੋਂ ਜੋ ਤੁਹਾਨੂੰ ਦੱਸਿਆ ਗਿਆ ਕੰਪਲੇਂਟ ਕੀਤੀ ਗਈ ਹੈ, ਕੀ ਉਹਨਾਂ ਦੇ ਆਧਾਰ ਦੇ ਉੱਤੇ ਉਹਨਾਂ ਦੀ ਕੰਪਲੇਂਟ ਦੇ ਉੱਤੇ ਕੋਈ ਕਾਰਵਾਈ ਕੀਤੀ ਗਈ? ਨਹੀਂ, ਫਿਲਹਾਲ ਸਾਨੂੰ ਨਹੀਂ ਕੋਈ ਉਹਨਾਂ ਨੇ ਕੰਪਲੇਂਟ ਦਿੱਤੀ ਜੀ। ਤਾਂ ਜਿਨ੍ਹਾਂ ਦੇ ਦੁਕਾਨ ਤੋਂ ਹੁਣ ਸਰੂਮ ਮਿਲਿਆ, ਕੀ ਉਹਨਾਂ ਦੇ ਉੱਤੇ ਕੋਈ ਕਾਰਵਾਈ ਹਜੇ ਤੱਕ ਕੋਈ ਨਹੀਂ ਕੀਤੀ ਗਈ? ਮੈਂ ਤੁਹਾਨੂੰ ਜਿਸ ਤਰ੍ਹਾਂ ਆਲਰੇਡੀ ਦੱਸਤਾ ਵਾ ਜੀ, ਐਸ ਜੀ ਪੀ ਸੀ ਦੇ ਹੀ ਅੰਡਰ ਦਾਇਰੇ ਅੰਦਰ ਆਉਂਦਾ ਹੈ ਸਾਰਾ। ਜੋ ਕੋਗਨੈਂਸ ਲੈਣਗੇ, ਜੋ ਸਾਨੂੰ ਲਿਖ ਕੇ ਦੇਣਗੇ, ਉਸ ਮੁਤਾਬਕ ਹੀ ਕਾਰਵਾਈ ਕਰਾਂਗੇ। ਇਹ ਦੇਖਣਾ ਵੀ ਮਹਾਰਾਜ ਦੇ ਸਰੂਪ ਦੀ ਬੇਅਦਬੀ ਹੋਈ ਜਾਂ ਨਹੀਂ ਹੋਈ ਜੀ, ਇਹ ਉਹਨਾਂ ਦਾ ਕੰਮ ਹੈ ਧਰਮ।